ਲੋਕ ਸਭਾ ਚੋਣਾਂ ਖਤਮ ਹੁੰਦੇ ਹੀ ਕੋਡ ਆਫ ਕੰਡਕਟ ਸਮਾਪਤ ਹੋ ਗਿਆ, ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਪੁਲਿਸ ਅਧਿਕਾਰੀਆਂ ਦੀਆਂ ਤਬਾਦਲੇ ਕੀਤੇ ਗਏ ਨੇ, ਸੀਨੀਅਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ। ਦੱਸ ਦਈਏ ਕਿ ਨਿਲਬ ਕਿਸ਼ੋਰ IPS ਨੂੰ ਟ੍ਰਾਂਸਫਰ ਕਰ ਦਿੱਤਾ ਗਿਆ ਹੈ। ਲੁਧਿਆਣਾ ਪੁਲਿਸ ਕਮਿਸ਼ਨਰ ਲਾਇਆ ਗਿਆ ਸੀ ਚੋਣ ਕਮਿਸ਼ਨ ਦੇ ਵੱਲੋਂ, ਤਾਂ ਉਹਨਾਂ ਨੂੰ AGDP ST F ਪੰਜਾਬ ਮੋਹਾਲੀ ਲਾ ਦਿੱਤਾ ਗਿਆ ਹੈ, ਤੇ ਐਸ ਭੂਪਤੀ IPS ਨੂੰ DIG ਜਲੰਧਰ ਰੇਂਜ ਤੋਂ ਹਟਾ DIG ਐਡਮਿਨ ਪੰਜਾਬ ਚੰਡੀਗੜ੍ਹ ਲਾ ਦਿੱਤਾ ਗਿਆ ਹੈ। ਇਸੇ ਤਰ੍ਹਾਂ 2008 ਬੈਚ ਦੇ ਰਾਹੁਲ ਐਸ ਨੂੰ ਕਮਿਸ਼ਨਰ ਆਫ ਪੁਲਿਸ ਜਲੰਧਰ ਤੋਂ ਹਟਾ ਕੇ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਮੋਹਾਲੀ ਲਾ ਦਿੱਤਾ ਗਿਆ ਹੈ, ਤੇ ਰਣਜੀਤ ਸਿੰਘ IPS ਨੂੰ DIG ਫਿਰੋਜ਼ਪੁਰ ਰੇਂਜ ਤੋਂ ਹਟਾ ਕੇ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਲਾ ਦਿੱਤਾ ਗਿਆ ਹੈ ਗੁਰਪ੍ਰੀਤ ਸਿੰਘ ਭੁੱਲਰ ਦੀ ਥਾਂ ਤੇ। ਸਵਪਨ ਸ਼ਰਮਾ ਨੂੰ ਦੱਸ ਦਈਏ ਕਿ ਕਮਿਸ਼ਨਰ ਆਫ ਪੁਲਿਸ ਜਲੰਧਰ ਲਾ ਦਿੱਤਾ ਗਿਆ ਹੈ ਰਾਹੁਲ ਐਸ ਦੀ ਥਾਂ ਤੇ। ਕੁਲਦੀਪ ਸਿੰਘ ਚਾਹਲ IPS ਨੂੰ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਲਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਅਜੇ ਮਲੂਜਾ IPS ਨੂੰ DIG STF ਬਠਿੰਡਾ ਰੇਂਜ ਤੋਂ ਹਟਾ ਕੇ DIG ਫਿਰੋਜ਼ਪੁਰ ਰੇਂਜ ਲਾ ਦਿੱਤਾ ਗਿਆ ਹੈ ਰਣਜੀਤ ਸਿੰਘ IPS ਦੀ ਥਾਂ ਤੇ। ਹਰਮਨਵੀਰ ਸਿੰਘ ਗਿੱਲ ਨੂੰ ਦੱਸ ਦਈਏ ਕਿ DIG ਜਲੰਧਰ ਰੇਂਜ ਲਾ ਦਿੱਤਾ ਗਿਆ ਹੈ ਜਲੰਧਰ ਦੇ ਵਿੱਚ ਡਾਕਟਰ ਐਸ ਭੂਪਤੀ ਦੀ ਥਾਂ ਤੇ, ਤੇ ਗਗਨ ਅਜੀਤ ਸਿੰਘ PPS ਨੂੰ ਲਾ ਦਿੱਤਾ ਗਿਆ ਹੈ SSP ਸੜਕ ਸੁਰੱਖਿਆ ਫੋਰਸ। ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕੁਝ ਤਬਾਦਲੇ ਕੀਤੇ ਗਏ ਸਨ, ਜਿਸ ਤੋਂ ਬਾਅਦ ਹੁਣ ਲੋਕ ਸਭਾ ਚੋਣਾਂ ਖਤਮ ਹੁੰਦਿਆਂ ਹੀ ਜੋ ਪੰਜਾਬ ਸਰਕਾਰ ਦੇ ਵੱਲੋਂ ਫੈਸਲੇ ਲਏ ਗਏ ਨੇ ਉਸ ਦੇ ਵਿੱਚ ਦੱਸ ਦਈਏ ਕਿ ਸਵਪਨ ਸ਼ਰਮਾ ਨੂੰ ਕਮਿਸ਼ਨਰ ਆਫ ਪੁਲਿਸ ਜਲੰਧਰ ਲਾ ਦਿੱਤਾ ਗਿਆ ਹੈ, ਕੁਲਦੀਪ ਚਾਹਲ ਨੂੰ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਲਾ ਦਿੱਤਾ ਗਿਆ ਹੈ, ਤੇ ਹਰਮਨਵੀਰ ਸਿੰਘ ਗਿੱਲ ਨੂੰ DIG ਜਲੰਧਰ ਰੇਂਜ ਲਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਗਗਨ ਅਜੀਤ ਸਿੰਘ ਨੂੰ SSP ਸੜਕ ਸੁਰੱਖਿਆ ਫੋਰਸ ਲਾ ਦਿੱਤਾ ਗਿਆ ਹੈ।